ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈੱਲ ਆਈਕੋਨ ਦੇ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਜਨਾਬ ਨੀਲੀ ਦਰਿਆ ਦੇ ਉੱਤੇ ਆਏ ਹਾਂ ਜਨਾਬ। ਇੱਕ ਚੋਟੀ ਤਕਰੀਬਨ ਮਹੀਨੇ 20 ਦਿਨਾਂ ਦੀ ਗੱਭਣ ਹੈ, ਗਰੰਟੀ ਨਹੀਂ ਹੈਗੀ ਕਿਉਂਕਿ ਚੋਟਾ ਵਿੱਚ ਫਿਰਦਾ। ਉਹ ਕਹਿੰਦੇ ਨੇ ਜੀ ਅਸੀਂ ਹੁੰਦੀ ਵੇਖੀਏ, ਬਾਕੀ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਇਸ ਦੀ ਕਰਵਾ ਦਿੰਦਾ। ਕੈਮਰਾਮੈਨ ਸਾਹਿਬ ਦਿਖਾਓ ਦੋਸਤੋ, ਚੂਰਕੁੰਡ ਸਿੰਘ ਹੈ, ਥੋੜ੍ਹਾ ਜਿਹਾ ਖੁੱਲ੍ਹਾ ਮੁੜਿਆ, ਕਿੰਗਰੀ ਵਾਲਾ ਸਿੰਘ ਹੈ, ਬੜਾ ਪਿਆਰਾ, ਚਿੱਟੀ ਸਫੈਦ ਬਿੱਲੀ ਆਖੇ ਦੀ, ਥੋੜ੍ਹਾ ਜਿਹਾ ਮੱਥਾ ਸਫੈਦ ਹੈ, ਥੱਲੋਂ ਠੋੜੀ ਵੀ ਇਹਦੀ ਸਫੈਦ ਹੈ, ਸਾਰੀ ਚੋਟੀ ਵੱਡੀ ਵੱਡੀ ਪਸ਼ਮ ਹੈ ਜਨਾਬ ਇਸ 'ਤੇ, ਅਤੇ ਬੜੇ ਪਿਆਰੇ ਜਿਹੜੇ ਨੇ ਇਹਨੂੰ ਥਣ ਲੱਗੇ ਨੇ, ਹਰ ਪਾਸੋਂ ਸਾਫ਼ ਸੁਥਰੀ, ਅਤੇ ਫਾਰਮ ਦੀ ਜਨਾਬ ਇਹ ਚੋਟੀ ਹੈ। ਅਤੇ ਜਨਾਬੇ ਵਾਲਾ ਕੈਮਰੇ ਨੂੰ ਵੇਖ ਕੇ ਥੋੜ੍ਹੀ ਜਿਹੀ ਡਰ ਰਹੀ, ਇਸ ਕਰਕੇ ਅਸੀਂ ਇਹਨੂੰ ਬੰਨ੍ਹ ਕੇ ਤਸੱਲੀ ਕਰਾ ਰਹੇ ਹਾਂ ਤੁਹਾਨੂੰ, ਥਣਾਂ ਦੀ ਹਰ ਪਾਸੋਂ ਸਾਫ਼ ਸੁਥਰੀ। ਇਹ ਜਨਾਬ ਦੇਖੋ ਮਾਸ਼ਾਅੱਲਾ ਕਿੰਨੀਆਂ ਕਿੰਨੀਆਂ ਵਿਰਲਾਂ 'ਤੇ ਥਾਣੇ ਨੂੰ ਲੱਗਿਆ, ਬੜਾ ਪਿਆਰਾ ਗੋਲੇ ਇਸ ਨੂੰ ਥੱਲੇ। ਇਹ ਜਨਾਬ ਦੇਖੋ, ਉਮੀਦ ਤਾਂ ਹੈ ਕਿ ਜਨਾਬ ਇਹ ਚੋਟੀ ਗੱਭਣ ਹੈ, ਸਾਰ ਵੀ ਇਸ ਦੀ ਦੱਸਦੀ ਅਤੇ ਪਿੰਡਾਂ ਵੀ ਇਸਦਾ ਦੱਸਦਾ ਪਿਆ। ਬਾਕੀ ਇਹ ਜਨਾਬ ਦੇਖੋ ਮਾਸ਼ਾਅੱਲਾ ਹਰ ਪਾਸੋਂ ਸਾਫ਼ ਸੁਥਰੀ ਅਤੇ ਪੂਰੀ ਚੋਟੀ ਹੈ, ਕੱਦ ਵੀ ਇਸਦਾ ਜਨਾਬ ਹੈ ਦੇਖੋ ਬੜਾ ਪਿਆਰਾ, ਅਤੇ ਪੁੱਠਾ ਦੇਖੋ ਮਾਸ਼ਾਅੱਲਾ ਹਰ ਪਾਸੋਂ ਸਾਫ਼ ਸੁਥਰੀ, ਅਤੇ ਨਿਆਬ ਝੋਟੀ ਜਨਾਬ ਬਰੀਕ ਪੂਛਲ ਇਸ ਦੀ। ਅਤੇ ਬਾਕੀ ਜਨਾਬ ਇਹਨੂੰ ਥੋੜ੍ਹੀ ਦੇਰ ਬਾਅਦ ਖੋਲ੍ਹ ਕੇ ਅਤੇ ਤੁਹਾਨੂੰ ਇਹਦੀ ਤਸੱਲੀ ਕਰਵਾ ਦਿਆਂਗੇ, ਪਹਿਲੇ ਹਰ ਪਾਸੋਂ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਲਵੇ। ਇਹ ਜਨਾਬ ਦੇਖੋ ਤੁਹਾਨੂੰ ਹਰ ਪਾਸੋਂ ਇਹਦੀ ਤਸੱਲੀ ਕਰਵਾ ਦਿੱਤੀ ਗਈ ਹੈ, ਅਤੇ ਤੁਰਦੀ ਫਿਰਦੀ ਵੀ ਜਨਾਬ ਇਹਦੀ ਤੁਹਾਨੂੰ ਤਸੱਲੀ ਕਰਵਾ ਦਿਆਂਗੇ। ਅਤੇ ਜਨਾਬੇ ਵਾਲਾ ਖੋਲ੍ਹਦੇ ਪਾ ਜਾਣੇ ਹੁਣ, ਕਿਉਂਕਿ ਖੁੱਲ੍ਹੀਆਂ ਰਹਿੰਦੀਆਂ ਨੇ ਰੱਸਾ, ਇਹਨਾਂ ਨੂੰ ਕਦੇ ਪਾਇਆ ਨਹੀਂ, ਅਤੇ ਸਾਨੂੰ ਜਿਹੜਾ ਕੈਮਰੇ ਨੂੰ ਵੇਖ ਕੇ ਤਾਂ ਡਰਦੀ ਪਈ ਸੀ, ਅਤੇ ਬੰਨ ਕੇ ਇਸ ਦੀ ਤਸੱਲੀ ਜਨਾਬ ਜਿਹੜਾ ਤੁਹਾਨੂੰ ਅਸੀਂ ਕਰਵਾਈਏ। ਹੁਣ ਜਨਾਬ ਇਹਨੂੰ ਅਸੀਂ ਖੋਲ੍ਹਣ ਲੱਗੇ ਹਾਂ। ਇਹ ਜਨਾਬ ਦੇਖੋ ਤੁਰਦੀ ਫਿਰਦੀ ਤੁਹਾਨੂੰ ਦਿਖਾ ਦਿੱਤੀ, ਹਰ ਪਾਸੋਂ ਸਾਫ਼ ਸੁਥਰੀ, ਕੋਈ ਟੈਨਸ਼ਨ ਨਹੀਂ, ਮਹੀਨੇ 20 ਦਿਨਾਂ ਦੀ ਗੱਭਣ ਹੈ, ਬਾਕੀ ਮਾਲਕ ਕੋਲੋਂ ਪੁੱਛ ਲੈਂਦੇ ਹਾਂ ਇਸ ਦੀ ਤਸੱਲੀ ਜਨਾਬ ਆਪਾਂ ਕਰ ਲੈਣੀ। ਮੁੱਲ ਵੀ ਹਰ ਚੀਜ਼ ਇਹਦੀ ਆਪਾਂ ਮੁੱਲ ਬਿਲਕੁਲ ਮਕੂਲ ਇਹਦਾ ਆਪਾਂ ਕਰਾਵਾਂਗੇ। ਜਨਾਬ ਆ ਜਾਓ ਜੀ ਇੱਧਰ, ਹੁਣ ਫਿਰ ਜਨਾਬ ਕੈਮਰਾਮੈਨ ਸਾਹਿਬ ਜ਼ਰਾ ਕਹੋ ਨੇ ਤੈਨੂੰ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ। ਜਨਾਬ ਜਾਫਰ ਭਾਈ ਕੀ ਹਾਲ ਹੈ? ਸ਼ੁਕਰ ਅੱਲਾਹ, ਠੀਕ ਠਾਕ, ਖੈਰ ਖਰੀਅਤ ਜੀ? ਠੀਕ ਠਾਕ। ਅੱਛਾ ਜਾਫਰ ਭਾਈ, ਤੁਹਾਡੀ ਚੋਟੀ ਘਰ ਦੀ ਜੀ? ਅੱਛਾ, ਕਿੰਨੇ ਕੁ ਦਿਨ ਹੋ ਗਿਆ ਤਕਰੀਬਨ ਇਹਨੂੰ ਨਵੀਂ ਹੋਈ ਨੂੰ? ਇਹ ਜੀ ਆਪਾਂ ਗਰੰਟੀ ਤਾਂ ਫਿਰ ਅਸੀਂ ਨਹੀਂ ਹੁੰਦੀ, ਇੱਥੇ ਲਿਆਂਦੀ ਰੱਖਿਆ ਜੀ। ਅੱਛਾ ਜੀ, ਠੀਕ ਹੈ। ਤਕਰੀਬਨ ਇਹਨੂੰ 20-25 ਦਿਨ ਹੋ ਗਏ ਨੇ। ਅੱਛਾ, 20-25 ਦਿਨ ਹੋ ਗਏ ਨੇ ਜੀ? ਇਹ ਹੁਣ ਆਖੀ ਵੀ 6 ਮਹੀਨਿਆਂ ਦੀ ਆ। ਨਹੀਂ, ਇਹ ਸਹੀ ਗੱਲ ਹੈ ਜੀ, ਆ ਰਵੇ ਨਾ ਰਵੇ ਇਹ ਅਗਲੇ ਬੰਦੇ ਦੇ ਮੁਕੱਦਰ ਨੇ। 20-25 ਦਿਨਾਂ ਲਈ ਕੋਈ ਗਰੰਟੀ ਵੀ ਨਹੀਂ ਹੈ। ਹਾਂਜੀ, ਠੀਕ ਹੈ। ਆਪਾਂ ਇਹਦਾ ਫੰਡਰਾਂ ਵਾਲਾ ਮੁੱਲ ਕਰ ਸਾਂ, ਠੀਕ ਹੋ ਗਿਆ, ਫੰਡਰਾਂ ਦੇ ਹਿਸਾਬ ਹੀ ਦੇਸਾਂ, ਅਗਾਂ ਮਾਲਕਾਂ ਦੇ ਮੁਕੱਦਰ ਦੀ ਨਿਕਲ ਪਵੇ ਤਾਂ ਉਹਨਾਂ ਦੇ ਮੁਕੱਦਰ ਨਹੀਂ ਹੋਗਾ। ਅੱਛਾ ਜੀ, ਜਨਾਬ ਭਾਈ ਜਾਨ ਮਕੂਲ ਜਿਹਾ ਰੇਟ ਇਹਦਾ ਕਰਨਾ, ਬਿਲਕੁਲ ਮੁਨਾਸਿਬ ਜਿਹਾ, ਦੇਣ ਵਾਲੀ ਗੱਲ ਕਰਨੀ। ਫਾਈਨਲ ਜਿਹਾ? ਫਾਈਨਲ ਜਿਹਾ ਇਹਦਾ ਜੀ 1,10,000 ਰੁਪਈਆ ਜੀ। 1,10,000 ਜੀ? ਕੋਈ ਪਿਆਰ ਮੁਹੱਬਤ ਥੋੜ੍ਹਾ ਬਹੁਤ? ਥੋੜ੍ਹਾ ਬਹੁਤ ਪਿਆਰ ਮੁਹੱਬਤ ਥੋੜ੍ਹਾ ਬਹੁਤ ਹੋ ਜਾਏਗਾ ਜੀ। ਦੋਸਤੋ, 1,10,000 ਰੁਪਈਆ ਕੀਮਤ ਅਤੇ ਪਿਆਰ ਮੁਹੱਬਤ ਆਪਣੇ ਨਾਲ ਹੋ ਜਾਏਗਾ, ਅਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਭਾਈ ਜਾਫਰ ਜਿਹੜਾ ਨੀਲੀ ਦਰਿਆ ਦੇ ਉੱਤੇ ਜਨਾਬ ਬੈਠਾ, ਅਤੇ ਕੈਮਰਾਮੈਨ ਸਾਹਿਬ ਦੁਬਾਰਾ ਇਸ ਦੀ ਤਸੱਲੀ ਕਰਾ ਦਿਓ। ਅਤੇ ਸਾਡਾ ਰਾਬਤਾ ਨੰਬਰ ਹੈ 0307-65-6650, ਸਾਡਾ ਵਟਸਐਪ ਨੰਬਰ ਵੀ ਹੈ, ਈਮੋ ਨੰਬਰ ਵੀ। ਇਹ ਜਨਾਬ ਦੇਖੋ ਬਾੜੇ ਦੀ ਝੋਟੀ ਹੈ, ਖੁੱਲ੍ਹੀਆਂ ਫਿਰਦੀਆਂ ਸਾਰੀਆਂ, ਕਿਸੇ ਨੂੰ ਕੋਈ ਰੱਸਾ ਨਹੀਂ ਪਾਇਆ, ਅਤੇ ਜਨਾਬ ਇਹ ਕੈਮਰੇ ਤੋਂ ਡਰ ਰਹੀਆਂ ਨੇ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼ ਜੀ।